ਸ਼ਸਤਰਾਂ ਨੂੰ ਚੁੱਕਣ ਦਾ ਇੱਕ ਨੀਅਤ ਵੇਲਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਨੀਅਤ ਮਰਿਆਦਾ ਹੈ, ਸ਼ਸਤਰਾਂ ਨੂੰ ਚੁੱਕਣ ਦੀ ਇੱਕ ਅਦਾ ਹੈ, ਇੱਕ ਅੰਦਾਜ਼ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਦੀਆਂ ਗੋਲਾਈਆਂ, ਲੰਬਾਈਆਂ, ਉਚਾਈਆਂ ਅਤੇ ਕਟਾਈਆਂ ਦੀ ਅੰਦਰਲੀ ਆਭਾ ਨਵੇਂ ਅਤੇ ਵਿਲੱਖਣ ਸਿਰੇ ਤੋਂ ਲਿਸ਼ਕ ਉੱਠਦੀ ਹੈ। ਸਾਧ ਹੱਥਾਂ ਵਿੱਚ ਆ ਕੇ ਸ਼ਸਤਰ ਕਿਰਪਾ ਵਰਤਾਉਂਦੇ ਨੇ ਅਤੇ ਤੀਰਾਂ ਤੇਗਾਂ ਦੀ ਮਾਰਫਤ ਆਕਾਸ਼ ਦੀ ਨਿਰਮਲਤਾ ਦੇ ਉੱਤੇ ਇੱਕ ਉੱਚੇ ਖੇੜੇ ਦਾ ਦੀਵਾਨ ਲੱਗਦਾ ਹੈ। ਸ਼ਸਤਰਾਂ ਦੀ ਇੱਕ ਐਸੀ ਅਦਭੁਤ ਕਿਰਿਆ ਜੂਨ 1984 ਨੂੰ ਅੰਮ੍ਰਿਤ ਸਰੋਵਰ ਦੇ ਬ੍ਰਹਮ ਸੰਯੁਕਤ ਪਾਣੀਆਂ ਵਿੱਚ ਰੂਪਮਾਨ ਹੋਈ, ਜਦ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਦੁੱਤੀ ਪਰੰਪਰਾ ਅਨੁਸਾਰ ਚੱਲਦਿਆਂ ਤੀਰਾਂ ਦੇ ਪੂਰੇਪਣ ਦੀ ਅਡੋਲ ਵਿੱਥਿਆ ਇੱਕ ਵਾਰ ਫੇਰ ਤੋਂ ਦੁਹਰਾਈ ਗਈ। ਸ਼ਸਤਰ ਸਰੂਪ ਤੀਰ ਸੰਪੂਰਨ ਹੋ ਗਏ, ਅਭੇਦ ਹੋ ਗਏ ਅਤੇ ਉਹ ਮੁੰਡੇ, ਸਾਨੂੰ ਜਾਪਦਾ ਹੈ ਉਹ ਸਾਰੇ ਨੌਜਵਾਨ ਮੁੰਡੇ ਅਤੇ ਬਾਕੀ ਸੰਗਤ ਵੀ ਤੀਰਾਂ ਦੇ ਵਾਂਗੂ ਵਗਦੇ ਹੋਏ ਦਰਬਾਰ ਸਾਹਿਬ ਪੁੱਜੇ ਹੋਣਗੇ, ਜੋ ਸੰਤਾਂ ਦੀ ਸ਼ਰਨ ਵਿੱਚ ਆ ਕੇ ਸ਼ਹੀਦੀਆਂ ਪਾ ਗਏ ਪੂਰੇ ਹੋ ਗਏ। ਰੋਸ਼ਨੀਆਂ ਨੂੰ ਦਰਦ ਕੀ ਤੇ ਦਰਦਾਂ ਨੂੰ ਕੀ ਦੇਸ, ਫੌਜੀਆਂ ਨੇ ਕੀ ਘੇਰ ਨੇ ਜੋ ਧਰਤੀ ਕੇ ਦਰਵੇਸ, ਲਹੂ ਜੋ ਰੱਖਿਆ ਜੋੜ ਕੇ ਹੁਣ ਇਸ਼ਕ ਚ ਪਾਉ ਸੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਪੱਤਰੇ ਜਦੋਂ ਈਮਾਨ ਦੇ ਉਹਨੇ ਬਹਿ ਕੇ ਫੁੱਲੇ, ਤੇਗਾਂ ਲਿਸ਼ਕਣ ਲੱਗੀਆਂ ਉਹਦੇ ਕਿਸਾਂਲੇ, ਧੁੱਪ ਚ ਤਪਦੇ ਸ਼ਸਤਰਾਂ ਨੂੰ ਇੱਕ ਵਿੱਚ ਤਰਕੇ, ਸ਼ਬਦਾਂ ਦੇ ਪ੍ਰਤਾਪ ਨੂੰ ਜਿਹਨੇ ਸਿੱਖਿਆ ਮਰ ਕੇ, ਭੋਰਿਆਂ ਦੇ ਵਿੱਚ ਯਾਦ ਹੈ ਚੋਰਣ ਦੇ ਵਿੱਚ ਅਖੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ, ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ। ਅਸੀਂ ਸਾਡੇ ਕੋਲ ਆ ਗਿਆ, ਕਹਿੰਦਾ ਕਿ ਅੰਮ੍ਰਿਤਸਰ ਜਾ ਕੇ ਸੰਤਾਂ ਨੂੰ ਮਿਲ ਕੇ ਆਉਣਾ, ਇਹਨਾਂ ਕੁ ਪਤਾ ਵੀ ਮਿਲ ਕੇ ਗਿਆ। ਖੜੇ ਪੈਰ ਸੀ ਫੈਸਲੇ ਦਾਗ ਦਿੰਦੇ, ਜਿਹੜੇ ਘਰਾਂ ਚੋਂ ਖਿੱਚ ਕੇ ਲਕੀਰ ਆਉਂਦੇ, ਜਿਸ ਸੁਭਾਅ ਦੇ ਬਹੁਤ ਵਧੀਆ ਸੀ ਪਰ ਰਹੇ ਥੋੜਾ ਚਿਰ ਛੇਤੀ ਸ਼ਹੀਦ ਹੋ ਗਏ। ਖੜੇ ਪੈਰ ਸੀ ਫੈਸਲੇ ਦਾਗ ਦਿੰਦੇ, ਜਿਹੜੇ ਘਰਾਂ ਚੋਂ ਖਿੱਚ ਕੇ ਲਕੀਰ ਆਉਂਦੇ, ਡੂੰਘੀ ਅੱਖ ਤੇ ਚਾਲ ਐਨ ਸਿੱਧਮ ਸਿੱਧੀ ਛੱਡੇ, ਜਿਵੇਂ ਕਮਾਨ ਚੋਂ ਤੀਰ ਆਉਂਦੇ, ਜਿੰਨਾ ਰੂਹਾਂ ਚ ਜ਼ਿੰਦਗੀ ਧੜਕਦੀ ਸੀ, ਜਿੰਨਾ ਦੇਹਾਂ ਨੂੰ ਮਰਨ ਦਾ ਚਾਅ ਵੀ ਸੀ, ਜਿੰਨਾ ਪੈਰੀ ਸੀ ਚੱਕਰ ਤੂਫਾਨ ਕੋਈ, ਜਿੰਨਾ ਮੁਖੜਿਆਂ ਤੇ ਠਹਿਰਾ ਵੀ ਸੀ, ਜਿੰਨਾ ਲਹੂ ਕਸ਼ੀਦ ਕੇ ਰੱਖਿਆ ਸੀ, ਜਿੰਨਾ ਵਕਤ ਤੇ ਮਾਇਨੇ ਵੀ ਛਾਣ ਲੈ ਸੀ, ਲੈ ਕੇ ਭੋਏ ਦੀ ਹਿੱਕ ਤੋਂ ਰਜ਼ਾਮੰਦੀ, ਜਿੰਨਾ ਸਿੰਘਾਂ ਨੇ ਅੰਬਰ ਵੀ ਤਾਣ ਲੈ ਸੀ, ਉਦੋਂ ਸਿੰਘਾਂ ਨੇ ਅੰਬਰ ਵੀ ਤਾਣ ਲੈ ਸੀ। ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾਂ ਦੇ ਵਿੱਚ, ਪਏ 6-6 ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕਉ ਦਾਓ, ਸੂਰਾ ਸੋ ਪਹਿਚਾਨੀਐ
जो लरै दीन के हेत पुरजा पुरजा कट मरै कबहूना छाडै खेत। उच्ची मौत लिखा ले जिन्ना करमा दे विच पए छे छे फुट दे गबरू परिकरमा दे विच पोरा सिदक ना तिड़के आयु तो फते बुलाती आओ वेख शहीदी जत्थे आने पाचड़ पाती अपने घरां च सेफ हां असी वड़े दुनियादार पर बहुत बारीक है समझनी यह धर्म युद्धां दी कार साडे पादी हिंसा ही ने जो लिशके सी हथियार अपना फर्ज निभा गई गोबिंद की सरकार अंबर सर विच गूंज दी गोबिंद की सरकार मुठक छोले चब के उठ दे फिर न शरीर संतां कोले पहुंच के पूरे हो गए तीर संतां कोले पहुंच के पूरे हो गए तीर। मनु कहंदे प्रीतम बोलिया चलिया माफ करी मौत दरवाजे ते खड़ी आ ता मैं इन्हां दे चरण फड़े और फतेह बुलाने असी एक दूसरे नूं भी ए समा आखरी है ते मौत दरवाजे ते खड़ी आ ज्यों ही जाली पाड़ के गोली एक लंघदी है ते बेटे दी पिठ चीर के मेरी छाती दे अंदर दस गई और वह मास की पतली तह दे विच पिछे अड़ गई। की जरवाणिया डकना चढ़दी कला दा बाज एक ते गोलियां पहन के उमरा जोड़न दाज उमरा जोड़न दाज मिट्टी ने पहचान ले तेरे मास दे टुकड़े थड़ियां उत्ते जड़ गया इतिहास दे टुकड़े किस मिट्टी दा खालसा ते किस पत्तन दा नीर संतां कोले पहुंच के पूरे हो गए तीर संतां कोले पहुंच के पूरे हो गए तीर। जिंदगी दा इत्थे कोई भरोसा नहीं जीण दा इत्थे पता नहीं केड़े वेले उड जाना इत्थों जो एडे एडे सूर मैं ढा देते ये मेरा काढ़ा जीना करनी है ये दसना चाहनी है जीना हम झूठा वा तो मर जाना सच वा कोई पता नहीं केड़े वेले मुक जाना